ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਆਪਾਂ ਤੁਹਾਨੂੰ ਮਿਲਾਉਂਦੇ ਹਾਂ ਜੀ ਮੇਰੇ ਦਸਤਾਰ ਕੋਚ ਗੁਰਪ੍ਰੀਤ ਵੀਰ ਦੇ ਨਾਲ, ਜਿਹੜੇ ਕਦੇ ਕਦੇ ਸਟੂਡੀਓ ਫੰਕਸ਼ਨਸ ਦੇ ਉੱਤੇ ਮੇਰੀ ਪੱਗ ਬੰਨ ਵੀ ਦਿੰਦੇ ਨੇ, ਅਤੇ ਅੱਜ ਉਹਨਾਂ ਤੋਂ ਦਸਤਾਰ ਸਜਵਾਈ ਅਤੇ ਸਭ ਤੋਂ ਪਹਿਲਾਂ ਦਿੱਤਾ ਜੀ ਚੈਨਲ 7 ਨੂੰ ਇੰਟਰਵਿਊ। ਇੰਟਰਵਿਊ ਦੇਣ ਤੋਂ ਬਾਅਦ ਇਕਬਾਲ ਵੀਰਾ ਪਾਪਾ ਅਤੇ ਮੈਂ ਨਿਕਲ ਗਏ ਜੀ ਸਮਰਾਲੇ ਮਾਲਵਾ ਕਾਲਜ ਵਾਸਤੇ। ਉੱਥੇ ਪਹੁੰਚ ਕੇ ਸੁਖਮਨ ਬਿਲਖੂ ਵੀਰ ਨੂੰ ਮਿਲੇ, ਗੁਰਹਿਮਤ ਨੂੰ ਮਿਲੇ ਅਤੇ ਗੁਰਹਿਮਤ ਦੇ ਪਾਪਾ ਨੂੰ ਮਿਲੇ, ਅਤੇ ਅੱਜ ਆਪਾਂ ਸਮਰਾਲੇ ਆਏ ਹਾਂ ਕਿਉਂਕਿ ਭਾਈ ਅੰਤਰਜੋਤ ਸਿੰਘ ਜੀ ਅਤੇ ਭਾਈ ਮਰਦਾਨਾ ਜੀ ਚੈਰੀਟੇਬਲ ਫਾਊਂਡੇਸ਼ਨ ਦੇ ਵੱਲੋਂ ਇੱਕ ਦਸਤਾਰਾਂ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਸੀ ਅਤੇ ਉੱਥੇ ਬਹੁਤ ਪਿਆਰ ਮਿਲਿਆ ਅਤੇ ਪੂਰਾ ਵਲੌਗ ਜਿਹੜਾ ਯੂਟਿਊਬ ਚੈਨਲ 'ਤੇ ਆਊਟ ਹੋ ਜੂਗਾ। ਫਿਰ ਉਸ ਤੋਂ ਬਾਅਦ ਆਪਾਂ ਗਏ ਜੀ ਹਾਲ ਦੇ ਅੰਦਰ। ਹਾਲ ਦੇ ਅੰਦਰ ਜਾਣ ਤੋਂ ਬਾਅਦ ਨਿਹੰਗ ਸਿੰਘਾਂ ਨੇ ਆਪਣਾ ਮਾਰਸ਼ਲ ਆਰਟ ਗੱਤਕਾ ਵੀ ਦਿਖਾਇਆ, ਜੋ ਬਹੁਤ ਹੀ ਜ਼ਿਆਦਾ ਵਧੀਆ ਪ੍ਰੈਜੈਂਟ ਕੀਤਾ ਉਹਨਾਂ ਨੇ। ਉਸ ਤੋਂ ਬਾਅਦ ਗੋਬਿੰਦਾ ਸਰਦਾਰ ਬਾਈ ਦੀ ਟੀਮ ਵੀ ਆਈ ਹੋਈ ਅਤੇ ਉਸ ਤੋਂ ਬਾਅਦ ਭਾਈ ਅੰਤਰਜੋਤ ਸਿੰਘ ਜੀ ਵੱਲੋਂ ਸਾਨੂੰ ਸਨਮਾਨ ਵੀ ਕੀਤਾ ਗਿਆ, ਜਿਹਦੇ ਵਾਸਤੇ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ। ਉਸ ਤੋਂ ਬਾਅਦ ਦੋ ਚਾਰ ਗੱਲਾਂ ਸਟੇਜ 'ਤੇ ਕਰਨ ਤੋਂ ਬਾਅਦ ਸੁਖਮਨ ਬਿਲਖੂ ਵੀਰੇ ਨੇ ਮੇਰੇ ਬੰਨੀ ਪੱਗ, ਕਿਉਂਕਿ ਆਪਾਂ ਪਹੁੰਚਣਾ ਸੀ ਦੂਜੇ ਸ਼ੋਅ ਦੇ ਉੱਤੇ। ਫਿਰ ਕੁਝ ਫੋਟੋਜ਼ ਖਿਚਾਈਆਂ ਅਤੇ ਪਹੁੰਚ ਗਏ ਜੀ ਸਟੈਪ ਟੂ ਸਟੈਪ ਡਾਂਸ ਅਕੈਡਮੀ ਵੱਲੋਂ ਮਿਸਟਰ ਐਂਡ ਮਿਸ ਸੁਪਰ ਮਾਡਲ ਜੂਨੀਅਰ ਦਾ ਹੋਣ ਜਾ ਰਿਹਾ ਸੀ ਸ਼ੋਅ, ਅਤੇ ਉੱਥੇ ਮੈਨੂੰ ਯੂਥ ਆਈਕਨ ਦੇ ਟਾਈਟਲ ਨਾਲ ਸਨਮਾਨਿਤ ਵੀ ਕੀਤਾ ਗਿਆ, ਅਤੇ ਉਸ ਤੋਂ ਬਾਅਦ ਆਪਣੇ ਚਾਹਣ ਵਾਲਿਆਂ ਨਾਲ ਕੁਝ ਫੋਟੋਜ਼ ਖਿਚਾਉਣ ਤੋਂ ਬਾਅਦ, ਅਤੇ ਉਸ ਤੋਂ ਬਾਅਦ ਆਪਾਂ ਵਿਨਰਸ ਨੂੰ ਪ੍ਰਾਈਜ਼ ਡਿਸਟ੍ਰੀਬਿਊਟ ਕੀਤੇ ਅਤੇ ਉਹਨਾਂ ਨੂੰ ਕੰਗਰੈਚ ਕਰਨ ਤੋਂ ਬਾਅਦ ਅੱਜ ਸੀਗਾ ਜੀ ਸੰਡੇ, ਅਤੇ ਫਿਰ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ। ਉੱਥੇ ਜਾ ਕੇ ਅਰਦਾਸ ਕੀਤੀ ਅਤੇ ਹਰ ਚੀਜ਼ ਦਾ ਸ਼ੁਕਰਾਨਾ ਕੀਤਾ। ਚਲੋ ਜੀ, ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਨਾਲ। ਬਾਏ।